ਕਸਰਤ ਕਰਨ ਅਤੇ ਟੂਰਨਾਮੈਂਟ ਖੇਡਣ ਨਾਲ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਨਵੇਂ ਦੋਸਤ ਵੀ ਮਿਲਦੇ ਹਨ। ਥਾਈਲੈਂਡ ਦੇ ਇਸ ਬਜ਼ੁਰਗ ਐਥਲੀਟ ਨੇ ਕਈ ਕੌਮਾਂਤਰੀ ਰਿਕਾਰਡ ਤੋੜੇ ਨੇ। ਮੇਰਾ ਨਾਂ ਸਵਾਂਗ ਜਾਨ ਪ੍ਰਾਮ ਹੈ। ਮੇਰੀ ਉਮਰ 103 ਸਾਲ ਦੀ ਹੈ। ਸਵਾਂਗ ਨੇ 97 ਸਾਲ ਦੀ ਉਮਰ ਚ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਹਨਾਂ ਨੇ ਆਪਣੇ ਦੋਸਤ ਦੇ ਬਿਮਾਰ ਹੋਣ ਅਤੇ ਬਿਸਤਰੇ ਤੇ ਪੈਣ ਮਗਰੋਂ ਕਸਰਤ ਕਰਨੀ ਸ਼ੁਰੂ ਕੀਤੀ। ਉਹ ਉਹਨਾਂ ਵਾਂਗ ਆਪਣੀ ਜ਼ਿੰਦਗੀ ਖਤਮ ਨਹੀਂ ਕਰਨਾ ਚਾਹੁੰਦੇ। ਸਵਾਂਗ ਨੇ ਆਪਣੇ ਪਹਿਲੇ ਟੂਰਨਾਮੈਂਟ ਵਿੱਚ 3 ਗੋਲਡ ਮੈਡਲ ਜਿੱਤੇ। ਉਹਨਾਂ ਨੇ ਸੀਨੀਅਰਸ ਲਈ ਗੋਲਾ ਸੁੱਟਣ ਵਿੱਚ ਏਸ਼ੀਆਈ ਰਿਕਾਰਡ ਵੀ ਤੋੜਿਆ। ਮੈਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਨੇ ਦੌੜ, ਗੋਲਾ ਸੁੱਟਣ, ਡਿਸਕਸ ਥਰੋ ਅਤੇ ਜੈਵਲਿਨ ਥਰੋ ਵਿੱਚ 59 ਗੋਲਡ ਮੈਡਲ ਜਿੱਤੇ ਨੇ। ਉਹਨਾਂ ਦੀ ਸਫਲਤਾ ਦਾ ਰਾਜ਼ ਕੀ ਹੈ? ਰੋਜ਼ਾਨਾ ਕਸਰਤ, ਉਬਲੇ ਅੰਡੇ ਖਾਣਾ ਅਤੇ ਰੋਜ਼ ਰਾਤ ਨੂੰ ਜਲਦੀ ਸੌਣਾ। ਤੁਸੀਂ ਕਿੰਨਾ ਚਿਰ ਜਿਉਣਾ ਚਾਹੁੰਦੇ ਹੋ? 110 ਸਾਲ ਤੱਕ। ਪਹਿਲਾਂ ਤੁਸੀਂ ਕਿਹਾ ਸੀ ਕਿ 120 ਸਾਲ ਤੱਕ। ਉਦੋਂ ਤੱਕ ਮੈਂ ਬਹੁਤ ਬੁੱਢਾ ਹੋ ਜਾਵਾਂਗਾ। ਇਹ ਤੁਹਾਡੇ ਲਈ ਮੁਸ਼ਕਿਲ ਹੋ ਜਾਵੇਗਾ। ਜੇਕਰ ਤੁਸੀਂ ਜ਼ਿੱਦੀ ਨਹੀਂ ਹੁੰਦੇ ਤਾਂ ਕੁਝ ਮੁਸ਼ਕਿਲ ਨਹੀਂ ਹੋਵੇਗਾ।